हाँ जी वीर जी, ये दुध ਕਿਵੇਂ ਇਕੱਠਾ ਕਿਸ ਲਈ ਕਰ ਰਹੇ ਹੋ? ਇਹ ਵੀਰ ਜੀ ਸਾਡਾ ਪਿੰਡ ਰੈਪਰ ਹੈ ਜੀ। ਹਾਂਜੀ, ਇਹ ਸਾਡੇ ਪਿੰਡ ਵੱਲੋਂ ਇਹ ਡਿਊਟੀ ਲਗਾਈ ਹੋਈ ਹੈ ਸਾਡੇ ਸਾਰੇ ਮੁੰਡਿਆਂ ਦੇ ਨੌਜਵਾਨਾਂ ਦੀ। ਠੀਕ ਹੈ ਜੀ। ਇਹ ਅਸੀਂ ਹਰ ਰੋਜ਼ ਡੇਲੀ ਦੁੱਧ ਇਕੱਠਾ ਕਰਕੇ ਸ਼ਾਮ ਨੂੰ ਡੈਰੀ 'ਚ ਪਾਉਂਦੇ, ਤੜਕੇ ਅਸੀਂ ਟ੍ਰੇਨਾਂ ਰਾਹੀਂ ਹਰ ਰੋਜ਼ ਦਿੱਲੀ ਲੈ ਕੇ ਜਾਂਦੇ ਹਾਂ। ਅਤੇ ਇਹਦੇ ਵਿੱਚ ਸਾਡੀ ਘੱਟ ਤੋਂ ਘੱਟ ਵੀ 1.5 ਕੁਆਂਟਲ ਵਾਂਗੂ ਹਰ ਰੋਜ਼ ਦੁੱਧ ਇਕੱਠਾ ਹੋ ਜਾਂਦਾ ਜੀ। ਬਾਕੀ ਹੋਰ ਨੌਜਵਾਨ ਵੀ ਅੱਡੋ ਅੱਡ ਗਲੀਆਂ 'ਚ ਫਿਰਦੇ ਆ ਜੀ। ਠੀਕ ਹੈ ਜੀ। ਹਾਂਜੀ, ਅਸੀਂ 40-50 ਮੁੰਡੇ ਆ ਜੀ ਜਿਹੜੇ ਡੇਲੀ ਦੁੱਧ ਇਕੱਠਾ ਕਰਦੇ। ਹੋਰ ਵੀ ਜੋ ਕੋਈ ਵਸਤੂ ਦੀ ਲੋੜ ਹੈ ਉੱਥੇ ਉਹ ਸਾਨੂੰ ਕਹਿ ਦਿੰਦੇ, ਅਸੀਂ ਉਹ ਇਕੱਠਾ ਕਰ ਲਈਦਾ ਜੀ। ਅਤੇ ਹਰ ਰੋਜ਼ ਡੇਲੀ ਆਪਣਾ ਆਉਣਾ ਉੱਥੇ ਭੇਜਿਆ ਜਾਂਦਾ ਜੀ। ਅਤੇ ਜਿਹੜੇ ਮਤਲਬ ਕਿਸਾਨ ਭਰਾ ਉੱਥੇ ਬੈਠੇ ਆ ਜੀ ਦਿੱਲੀ, ਅਤੇ ਉਹਨਾਂ ਦੇ ਘਰਾਂ ਦਾ ਕੋਈ ਉਹ ਵੀ ਸਾਡੀ ਖੇਤੀਬਾੜੀ ਦੀ ਇੱਕ ਕਮੇਟੀ ਬਣੀ ਹੋਈ ਹੈ ਜੀ। ਦੇਖੋ ਉਹਦੇ ਵਿੱਚ ਅਸੀਂ ਸਾਰੇ ਨੌਜਵਾਨ ਜਿਹਨੂੰ ਕਿਸੇ ਕੋਈ ਕੰਮ ਦੀ ਜ਼ਰੂਰਤ ਹੈ, ਕਿੰਨੇ ਰਹੇ ਹੋਇਆ ਪਾਣੀ ਆ ਜੀ, ਹੋਰ ਪੱਠੇ ਵਗੈਰਾ ਇਹਨਾਂ ਨੇ, ਉਹ ਸਾਰੇ ਨੌਜਵਾਨ ਰਲ ਮਿਲ ਕੇ ਅਸੀਂ ਉਹਨਾਂ ਵੀਰਾਂ ਦਾ ਇੱਕ ਦੂਜੇ ਮਦਦ ਕਰਦੇ ਹਾਂ, ਮਦਦ ਕਰ ਰਹੇ ਹਾਂ ਜੀ, ਸਾਰੇ ਮੁੰਡੇ ਇੱਕ ਦੂਜੇ ਮਦਦ ਕਰਦੇ ਨੇ। ਅਤੇ ਕੇਸਾਂ ਬਾਰੇ ਕਿਵੇਂ ਜਿਹੜੇ ਕਾਨੂੰਨ ਹੈ ਜੀ ਇਹ? ਦੇਖੋ ਜੀ, ਕਾਲੇ ਕਾਨੂੰਨ ਜਿੰਨਾ ਚਿਰ ਰੱਦ ਨਹੀਂ ਹੁੰਦੇ ਉਹਨਾਂ ਚਿਰ ਇਹ ਸੰਘਰਸ਼ ਅਸੀਂ ਜਾਰੀ ਰੱਖਾਂਗੇ। ਸਾਨੂੰ ਉੱਥੇ 1-2 ਸਾਲ ਜਿੰਨਾ ਚਿਰ ਮੋਦੀ ਨਹੀਂ ਬਣਾਉਣਾ ਉਹਨਾਂ ਚਿਰ ਬਹਾ ਕੇ ਰੱਖੇ ਜੀ, ਪਰ ਅਸੀਂ ਇਹ ਕਾਨੂੰਨ ਰੱਦ ਕਰਾ ਕੇ ਫੇਰ ਹੀ ਵਾਪਸ ਆਵਾਂਗੇ। ਹੌਸਲੇ ਪੂਰੇ ਬੁਲੰਦ ਹੈ, ਹੌਸਲੇ ਕੀ ਵਾਗੋ ਪਾ ਕੇ ਜੀ ਬਾਬਾ ਜੀ ਫਤਿਹ ਬੁਲਾ ਦਿੰਦੇ ਆ। ਵਾਹ ਵਾਹਿਗੁਰੂ ਜੀ ਕੀ ਫਤਿਹ। हाँ जी वीर जी, ये दुध किवें इकट्ठा किस लिए कर रहे हो? ये वीर जी साडा पिंड रैपर है जी। हाँ जी, ये साडे पिंड वल्लों ये ड्यूटी लगाई हुई है साडे सारे मुंडियां दे नौजवानां दी। ठीक है जी। ये असीं हर रोज़ डेली दुध इकट्ठा करके शाम नूं डेयरी 'च पा दिंदे, तड़के असीं ट्रेनां राहीं हर रोज़ दिल्ली लैके जांदे जी। ਅਤੇ ਇਹਦੇ ਵਿੱਚ ਸਾਡੀ ਘੱਟ ਤੋਂ ਘੱਟ ਵੀ 1.5 ਕੁਆਂਟਲ ਵਾਂਗੂ ਹਰ ਰੋਜ਼ ਦੁੱਧ ਇਕੱਠਾ ਹੋ ਜਾਂਦਾ ਜੀ। ਬਾਕੀ ਹੋਰ ਨੌਜਵਾਨ ਵੀ ਅੱਡੋ ਅੱਡ ਗਲੀਆਂ 'ਚ ਫਿਰਦੇ ਆ ਜੀ। ਠੀਕ ਹੈ ਜੀ। ਹਾਂਜੀ, ਅਸੀਂ 40-50 ਮੁੰਡੇ ਆ ਜੀ ਜਿਹੜੇ ਡੇਲੀ ਦੁੱਧ ਇਕੱਠਾ ਕਰਦੇ। ਹੋਰ ਵੀ ਜੋ ਕੋਈ ਵਸਤੂ ਦੀ ਲੋੜ ਹੈ ਉੱਥੇ ਉਹ ਸਾਨੂੰ ਕਹਿ ਦਿੰਦੇ, ਅਸੀਂ ਉਹ ਇਕੱਠਾ ਕਰ ਲਈਦਾ ਜੀ। ਠੀਕ ਹੈ। ਅਤੇ ਹਰ ਰੋਜ਼ ਡੇਲੀ ਆਪਣਾ ਆਉਣਾ ਉੱਥੇ ਭੇਜਿਆ ਜਾਂਦਾ ਜੀ। ਅਤੇ ਜਿਹੜੇ ਮਤਲਬ ਕਿਸਾਨ ਭਰਾ ਉੱਥੇ ਬੈਠੇ ਆ ਜੀ ਦਿੱਲੀ, ਅਤੇ ਉਹਨਾਂ ਦੇ ਘਰਾਂ ਦਾ ਕੋਈ ਉਹ ਵੀ ਸਾਡੀ ਖੇਤੀਬਾੜੀ ਦੀ ਇੱਕ ਕਮੇਟੀ ਬਣੀ ਹੋਈ ਹੈ ਜੀ। ਦੇਖੋ ਉਹਦੇ ਵਿੱਚ ਅਸੀਂ ਸਾਰੇ ਨੌਜਵਾਨ ਜਿਹਨੂੰ ਕਿਸੇ ਕੋਈ ਕੰਮ ਦੀ ਜ਼ਰੂਰਤ ਹੈ, ਕਿੰਨੇ ਰਹੇ ਹੋਇਆ ਪਾਣੀ ਆ ਜੀ, ਹੋਰ ਪੱਠੇ ਵਗੈਰਾ ਇਹਨਾਂ ਨੇ, ਉਹ ਸਾਰੇ ਨੌਜਵਾਨ ਰਲ ਮਿਲ ਕੇ ਅਸੀਂ ਉਹਨਾਂ ਵੀਰਾਂ ਦਾ ਇੱਕ ਦੂਜੇ ਮਦਦ ਕਰਦੇ ਹਾਂ, ਮਦਦ ਕਰ ਰਹੇ ਹਾਂ ਜੀ, ਸਾਰੇ ਮੁੰਡੇ ਇੱਕ ਦੂਜੇ ਮਦਦ ਕਰਦੇ ਨੇ। ਅਤੇ ਕੇਸਾਂ ਬਾਰੇ ਕਿਵੇਂ ਜਿਹੜੇ ਕਾਨੂੰਨ ਹੈ ਜੀ ਇਹ? ਦੇਖੋ ਜੀ, ਕਾਲੇ ਕਾਨੂੰਨ ਜਿੰਨਾ ਚਿਰ ਰੱਦ ਨਹੀਂ ਹੁੰਦੇ ਉਹਨਾਂ ਚਿਰ ਇਹ ਸੰਘਰਸ਼ ਅਸੀਂ ਜਾਰੀ ਰੱਖਾਂਗੇ। ਸਾਨੂੰ ਉੱਥੇ 1-2 ਸਾਲ ਜਿੰਨਾ ਚਿਰ ਮੋਦੀ ਨਹੀਂ ਬਣਾਉਣਾ ਉਹਨਾਂ ਚਿਰ ਬਹਾ ਕੇ ਰੱਖੇ ਜੀ, ਪਰ ਅਸੀਂ ਇਹ ਕਾਨੂੰਨ ਰੱਦ ਕਰਾ ਕੇ ਫੇਰ ਹੀ ਵਾਪਸ ਆਵਾਂਗੇ। ਹੌਸਲੇ ਪੂਰੇ ਬੁਲੰਦ ਹੈ, ਹੌਸਲੇ ਕੀ ਵਾਗੋ ਪਾ ਕੇ ਜੀ ਬਾਬਾ ਜੀ ਫਤਿਹ ਬੁਲਾ ਦਿੰਦੇ ਆ। ਵਾਹ ਵਾਹਿਗੁਰੂ ਜੀ ਕੀ ਫਤਿਹ।